ਬੁਲੰਦਸ਼ਹਿਰ ਹਿੰਸਾ। ਇੰਸਪੈਕਟਰ ਸੁਬੋਧ ਕੁਮਾਰ ਨੇ ਜਲਦੀ ਵਿੱਚ ਖੁਦ ਨੂੰ ਮਾਰੀ ਗੋਲੀ। ਬੁਲੰਦਸ਼ਹਿਰ ਹਿੰਸਾ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਭਾਜਪਾ ਵਿਧਾਇਕ ਦਵਿੰਦਰ ਸਿੰਘ ਲੋਧੀ ਨੇ ਨਵਾਂ ਸ਼ੋਸ਼ਾ ਛੱਡਦੇ ਹੋਏ ਕਿਹਾ ਕਿ ਹਿੰਸਾ ਦੌਰਾਨ ਇੰਸਪੈਕਟਰ ਸੁਬੋਧ ਕੁਮਾਰ ਨਿਰਾਸ਼ ਹੋ ਗਿਆ ਸੀ ਤੇ ਉਸਨੇ ਖੁਦ ਨੂੰ ਜਲਦੀ ਵਿੱਚ ਗੋਲੀ ਮਾਰ ਲਈ। ਦੇਖੀਏ ਉਸ ਸਮੇਂ ਤੱਕ ਜਬ ਇਹ ਘਟਨਾ ਹੋਈ ਥੀ ਤੋ ਡੀ ਆਈ ਜੀ ਸਾਹਿਬ ਵੀ ਕਹਿ ਰਹੇ ਥੇ ਇਸਕੇ ਥੋੜ੍ਹਾ ਸਾ ਪੱਥਰ ਲੱਗਣੇ ਕੇ ਬਾਅਦ ਮੈਂ ਮ੍ਰਿਤੂ ਹੋ ਗਈ ਹੈ। ਐਸ ਐਸ ਪੀ ਸਾਹਿਬ ਕਾ ਵੀ ਯਹੀ ਬਿਆਨ ਥਾ ਔਰ ਉਸਕੇ ਬਾਅਦ ਮੈਂ ਜੋ ਉਸਕਾ ਗੋਲੀ ਮਾਰ ਦੀ ਹੈ ਤੋ ਇਹ ਮੈਡੀਕਲ ਸੇ ਵੀ ਸਾਬਿਤ ਹੋ ਰਹੋ ਕਿ ਇੱਕ ਹੀ ਅਸਲਾ ਸੇ ਦੋਨੋਂ ਕੇ ਚੋਟਾਂ ਆਈ ਹੈ, ਦੋਨੋਂ ਕੇ ਇੱਕ ਹੀ ਪ੍ਰਕਾਰ ਕੀ ਗੋਲੀ ਹੈ। ਤੋ ਉਸਸੇ ਇਹਨਾਂ ਨੇ ਕਿਆ ਕਰਾ ਹੋ, ਬੈਕ ਸਾਈਡ ਮੈਂ ਕਿਆ ਕਰ ਰਿਹਾ, ਕਿਉਂਕਿ ਉਹ ਤਾਂ ਕੋਈ ਹਥਿਆਰ ਲੈ ਕੇ ਤਾਂ ਆਏ ਨਾ, ਗਾਓ ਕੇ ਸਾਧਾਰਨ ਕਿਸਾਨ ਹੈ। वो वहाँ के जो बताते हैं जो है वो किसान की जो उसने जो है उसमें वो होपलेस हो गए थे और जल्दबाजी की मैं जो वो गोली यहाँ बचाव में अपने मारने चाह रहे थे जो उसके लग गई। तो क्या ये प्लानिंग केवल एक इंस्पेक्टर को टारगेट किया गया था? नहीं, टारगेट नहीं किया गया था, वो तो भीड़ थी, उग्र थी, जब पुलिस FIR नहीं कर रही तो अपना विरोध जता रहे वो।